ਕੇਂਦਰ ਦੀ ਭਾਜਪਾ ਸਰਕਾਰ ਨਰਿੰਦਰ ਮੋਦੀ ਸਰਕਾਰ ਵੱਲੋਂ ਜਦੋਂ ਕੋਰੋਨਾ ਬਿਮਾਰੀ ਮਹਾਂਮਾਰੀ ਦਾ ਡਰਾਵਾ ਦੇ ਕੇ ਸਾਡੇ ਮਿਹਨਤੀ ਲੋਕਾਂ ਨੂੰ ਹਰ ਵਰਗ ਨੂੰ ਘਰਾਂ ਦੇ ਵਿੱਚ ਬੰਦ ਕਰਕੇ ਉਹਨਾਂ ਦੇ ਕਈ ਤਰ੍ਹਾਂ ਦੇ ਜਬਰ ਢਾ ਕੇ ਕੋਟਾ ਮਾਰ ਕਰਕੇ ਘਰਾਂ ਦੇ ਵਿੱਚ ਬੰਦ ਕੀਤਾ ਹੋਇਆ ਸੀਗਾ ਤੇ ਉਸ ਟਾਈਮ ਇਹਨਾਂ ਨੇ ਜਿਹੜੀਆਂ ਨਵੀਆਂ ਨੀਤੀਆਂ ਜਿਹੜੀਆਂ WTO ਵਿਸ਼ਵ ਵਪਾਰ ਸੰਸਥਾ ਦੇ ਨਾਲ ਜਾਣੀਆਂ ਜਾਂਦੀਆਂ ਕਿ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਪਾਸ ਕਰ ਦਿੱਤੇ ਉਹ ਵੀ ਬਿਨਾਂ ਜ਼ਬਾਨੀ ਵੋਟਾਂ ਨਾਲ ਰਾਸ਼ਟਰਪਤੀ ਤੋਂ ਉਹਦੇ ਤੇ ਮੋਹਰ ਲਗਾ ਦੇਣਾ। ਸੋ ਅਸੀਂ ਪਿਛਲੇ 7 ਮਹੀਨਿਆਂ ਤੋਂ ਲਗਭਗ ਜਿਹੜੇ ਸ਼ਿਕਾਰ ਸਾਹਿਬ ਪੰਜਾਬ ਤੋਂ ਵਿੱਢੇ ਤੇ ਅੱਜ ਦੂਜੇ ਪੜਾਅ 'ਚ ਅਸੀਂ 26 ਨਵੰਬਰ ਨੂੰ ਜੋ ਦਿੱਲੀ ਨੂੰ ਬਹੀਰਾ ਕੱਤ ਕੇ ਆਇਆ ਕਿ ਇਹ ਕਾਲੇ ਕਾਨੂੰਨ ਸਾਡੇ ਫਾਇਦੇਮੰਦ ਨਹੀਂ ਹੈ। ਸੋ ਜਿਹੜੇ ਕਾਲੇ ਕਾਨੂੰਨ ਇੱਕ ਦੇਸ਼ ਇੱਕ ਮੰਡੀ ਇਹ ਸਾਡਾ ਜਿਹੜਾ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਮੰਡੀਕਰਨ ਦਾ ਤੋੜ ਦੇਣਾ ਤੇ ਨਾਲ ਠੇਕਾ ਖੇਤੀ ਨੀਤੀ ਕਰੰਟ ਬੇਸ ਤੇ ਨੀਤੀਆਂ ਲਿਆ ਕੇ ਸਾਡੀ ਖੇਤੀ ਦਾ ਪੂਰੀ ਤਰ੍ਹਾਂ ਸਫਾਇਆ ਕਰਨਾ ਤੇ ਠੇਕੇ ਦੇ ਨਾਂ ਤੇ ਸਾਡੀਆਂ ਹੌਲੀ ਹੌਲੀ ਜ਼ਮੀਨਾਂ ਖੋ ਕੇ ਵੱਡੇ ਫਾਰਮਾਂ 'ਚ ਬਦਲਣ ਦੀਆਂ ਨੀਤੀਆਂ ਤੇ ਨਾਲ ਹੀ ਸਾਡੇ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ 1 ਕਰੋੜ ਰੁਪਇਆ ਜੁਰਮਾਨਾ ਤੇ 5 ਸਾਲ ਸਜ਼ਾ ਦਾ ਐਲਾਨ ਕਰਨਾ ਤੇ ਨਾਲ ਹੀ ਸਾਡੇ ਰਾਜਾਂ ਤੋਂ ਦੁਕਾਨ ਖੋਲ ਕੇ ਬਿਜਲੀ ਅਰਜਾ 220 ਲੈ ਕੇ ਆਉਣਾ ਤੇ ਨਾਲ ਹੀ ਸਾਡੀ ਜਨਤਕ ਵੰਡ ਪ੍ਰਣਾਲੀ ਜਿਹੜਾ ਸਾਡੇ ਡਿਪੂਆਂ ਤੇ ਰਾਸ਼ਨ ਹਰ ਤਰ੍ਹਾਂ ਦਾ ਆਉਂਦਾ ਸੀ ਉਹਦਾ ਭੋਗ ਪਾਉਣਾ ਤੇ ਨਾਲ ਜਿਹੜਾ ਘੱਟੋ ਘੱਟ ਉਜਰਤ ਮਜ਼ਦੂਰਾਂ ਦੀਆਂ ਜਿਹੜੀਆਂ ਦਿਹਾੜੀਆਂ ਘੱਟੋ ਘੱਟ ਕੰਮ ਦਿਹਾੜੀਆਂ 8 ਘੰਟੇ ਤੇ ਤਨਖਾਹ ਨਾਲ ਤੇ ਉਹਨੂੰ ਬਦਲ ਕੇ 15 ਘੰਟੇ ਜਾਂ 18 ਘੰਟੇ ਕਰਨਾ ਉਹਨਾਂ ਦੇ ਹੜਤਾਲ ਕਰਨ ਦੇ ਯੂਨੀਅਨ ਬਣਾਉਣ ਦੇ ਅਧਿਕਾਰਾਂ ਤੇ ਛਾਪਾ ਮਾਰਨਾ। ਸੋ ਅਸੀਂ ਇਹ ਜਦੋਂ ਦੇਖਦੇ ਹਾਂ ਕਿ ਇਹ ਨੀਤੀਆਂ ਬਾਰੇ ਸਾਡੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੇ ਇਹ ਪਹਿਲਾਂ ਗਿਆ ਸੀ 1931 'ਚ ਹੁਣ 1907 'ਚ ਜਨਮੇ ਭਗਤ ਸਿੰਘ ਜੋ 23 ਸਾਲ ਦੀ ਉਮਰ ਦੇ ਵਿੱਚ ਜਦੋਂ ਉਹਨੂੰ ਫਾਂਸੀ ਤੇ ਚੜਾਇਆ ਗਿਆ ਤੇ ਉਸਨੇ ਇੱਕ ਲਾਈਨ ਦੀ ਕਿਤਾਬ ਪੜ੍ਹ ਰਿਹਾ ਸੀ ਉਹਨੇ ਕਿਹਾ ਸੀ ਇਹ ਕ੍ਰਾਂਤੀ ਦੀ ਲੜਾਈ ਇਹ ਅੱਗੇ ਇੱਕ ਵਰਕਾ ਮੋੜ ਕੇ ਗਿਆ ਸਾਡੇ ਨੌਜਵਾਨਾਂ ਵਾਸਤੇ ਕਿ ਸਾਡੇ ਨੌਜਵਾਨਾਂ ਨੂੰ ਅਗਾਂਹ ਕਿਰਤੀ ਲੋਕਾਂ ਦੇ ਘਰਾਂ ਵਿੱਚ ਜਾਣਾ ਪਊਗਾ ਕਿਉਂਕਿ ਕਿਰਤੀ ਇਹ ਸਾਡੀਆਂ ਫੌਜਾਂ ਹੈ। ਸੋ ਅੱਜ ਫੌਜਾਂ ਇਸ ਗੱਲ ਨੂੰ ਧਾ ਕੇ ਆਈਆਂ ਕਿ ਇਸ ਦਰਬਾਰਾਂ ਨੇ ਸਾਡੀਆਂ ਜ਼ਮੀਨਾਂ ਨੂੰ ਹੱਥ ਪਾਇਆ। ਭਗਤ ਸਿੰਘ ਨੇ ਕਿਹਾ ਸੀ ਕਿ 100 ਸਾਲ ਦੇ ਅੰਦਰ ਅੰਦਰ ਇਹ ਨੀਤੀਆਂ ਲੈ ਕੇ ਆਉਣਗੇ ਫਿਰ ਜਿਹੜਾ ਸਾਡੇ ਉਸ ਟਾਈਮ ਦੇ ਜਿਹੜੇ ਕਾਂਗਰਸ ਦੇ ਜਵਾਹਰ ਲਾਲ ਨਹਿਰੂ ਵਰਗੇ ਮਹਾਤਮਾ ਗਾਂਧੀ ਵਰਗੇ ਉਧਰੋਂ ਜਿਹੜਾ ਪਾਕਿਸਤਾਨ ਦੇ ਜਿਹੜੇ ਉਸ ਟਾਈਮ ਦੇ ਆਗੂ ਸੀ ਉਹਨਾਂ ਨੇ ਗੋਲ ਵੇ
ਆਜ਼ਾਦੀ ਹੈ ਇਹ ਸਾਡੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਆਜ਼ਾਦੀ ਦਾ ਨਾਰਾ ਦਿੱਤਾ। ਪਰ ਅਸੀਂ ਦੇਖਦੇ ਹਾਂ ਕਿ ਹੁਣ 74 ਸਾਲ ਬੀਤ ਚੁੱਕੇ ਆ, ਇੱਥੇ ਬਦਲ ਬਦਲ ਕੇ ਸਰਕਾਰਾਂ ਆਈਆਂ, ਪਰ ਸਾਡੇ ਲੋਕਾਂ ਵਾਸਤੇ ਇੱਕ ਵੀ ਜਿਹੜਾ ਮਿਹਨਤੀ ਲੋਕਾਂ ਵਾਸਤੇ ਇੱਕ ਵੀ ਉਹ ਪਾਸੀਆਂ ਨਹੀਂ ਲੈ ਕੇ ਆਏ। ਜੇ ਲੈ ਕੇ ਆਇਆ ਤੇ ਉਹ ਅੰਗਰੇਜ਼ਾਂ ਦੀਆਂ ਪਾਲਸੀਆਂ ਜਿਹੜੀਆਂ ਪਹਿਲਾਂ ਹੀ ਉਹ ਕਰੋਨ ਵਾਇਸਰਾਏ ਦੇ ਬਣੇ ਹੋਏ ਆ, ਜਿਹਦੇ ਤੇ ਡਾਕਟਰ ਅੰਬੇਦਕਰ ਤੋਂ ਉਹਦੇ ਮੋਹਰ ਲਵਾਈ ਗਈ ਆ, ਤੇ ਅੱਜ ਵੀ ਉਹੀ ਨੀਤੀਆਂ ਹਿੰਦੁਸਤਾਨ ਦੇ ਵਿੱਚ ਉਹ ਲਾਗੂ ਕੀਤੀਆਂ ਜਾ ਰਹੀਆਂ ਜਿਹੜੀਆਂ ਬਾਦਸ਼ਾਹ ਨੇ ਕਿਹਾ ਸੀ, ਤੇ ਉਹੀ 1990 ਦੀਆਂ ਨੀਤੀਆਂ। ਇਹ ਨੀਤੀਆਂ ਜਿਹੜੀਆਂ ਜਨਤਕ ਅਦਾਰਿਆਂ ਦਾ ਪੋਲ ਪੋਣਾ ਤੇ ਲੱਖਾਂ ਏਕੜ ਜ਼ਮੀਨ ਕੰਪਨੀਆਂ ਨੂੰ ਸੋਪਣਾ, ਸਾਡੇ ਜਨਤਕ ਅਦਾਰੇ ਤੋੜ ਕੇ ਉਹਦੇ ਬਰਾਬਰ ਤੇ ਜਿਹੜੇ ਕਾਰਪੋਰੇਟ ਕੰਪਨੀਆਂ ਦੇ ਅਦਾਰੇ ਉਹ ਸਥਾਪਿਤ ਕਰਨਾ, ਤੇ ਸਾਡੀਆਂ ਜਿਹੜੀਆਂ ਨੌਕਰੀਆਂ ਉਹ ਠੇਕਾ ਭਰਤੀ ਕਰਨੀ, ਤੇ ਜਿਹੜੇ ਦਾਤਾ ਸਾਡੇ ਜਿਹੜੇ ਆਗਾਡਰ ਅਦਾਰਿਆਂ ਦਾ ਉਹ ਨਿੱਜੀ ਕੰਮ ਕਰਕੇ ਜਿਹੜੀਆਂ ਤਨਖਾਹ ਉਹਨਾਂ ਨੂੰ ਘੱਟ ਕਰ ਦੇਣਾ, ਪਹਿਲੇ ਸੱਟੇ 5000 ਜਾਂ 7500 ਤੇ 1500 ਤੋਂ ਵੱਧ ਨਾ ਕਰਨਾ, ਜਾਂ ਸਾਡੇ ਅਧਿਆਪਕਾਂ ਦੀਆਂ ਜਿਹੜੀਆਂ ਤਨਖਾਹਾਂ 50000 ਤੋਂ ਘਟਾ ਕੇ ਉਹ 15300 ਕਰਨਗੀਆਂ, ਆਪਦੇ ਮੰਤਰੀਆਂ ਦੀਆਂ 4000 ਗੁਣੇ ਵੱਧ ਤਨਖਾਹਾਂ ਕਰ ਦੇਣੀਆਂ। ਸੋ ਇਹ ਨੀਤੀਆਂ ਕੱਲੀਆਂ ਹੀ ਪੁਲਿਸ ਤੇ ਫੌਜ ਹੈ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ ਭਰਤੀ ਕੀਤਾ ਜਾਂਦਾ ਹੈ, ਤੇ ਤਾਂ ਕਿ ਜਦੋਂ ਇਹ ਲੋਕ ਆ ਜਿਹੜੀਆਂ ਕਿਸਾਨ ਮਾਰੂ ਲੋਕ ਮਾਰੂ ਨੀਤੀਆਂ ਆਉਣਗੀਆਂ ਇਹਨਾਂ ਲੋਕਾਂ ਨੇ ਉੱਠਣਾ ਹੈ, ਤੇ ਫਿਰ ਪੁਲਿਸ ਤੇ ਫੌਜ ਨੇ ਮੂਹਰੇ ਲਾਉਣੀ ਹੈ। ਸੋ ਅਸੀਂ ਇਹ ਵਰਤਾਰਾ ਜਿਹੜਾ ਮੋਦੀ ਅੱਜ 3 ਕਾਲੇ ਕਾਨੂੰਨਾਂ ਤੋਂ ਜਿਹੜਾ ਪਿੱਛੇ ਨਹੀਂ ਹਟ ਰਿਹਾ, ਸਾਡੀਆਂ ਸਾਰੀਆਂ ਭਾਰਤ ਪੱਧਰ ਦੀਆਂ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਕਿ ਅਸੀਂ 3 ਕਾਲੇ ਕਾਨੂੰਨ ਰੱਦ ਕਰਾ ਕੇ ਵਾਪਸ ਜਾਵਾਂਗੇ, ਜਾਂ ਜੀਵਾਂਗੇ ਜਾਂ ਮਰਾਂਗੇ। ਸੋ ਉਹ ਸਾਡੀ ਅਗਵਾਈ ਕਰ ਰਹੇ ਆ, ਪਰ ਜਿਹੜਾ ਮੋਦੀ ਸਾਡੇ ਅੰਦੋਲਨ ਨੂੰ ਕਹਿੰਦਾ ਇਹ ਜੀਵੀ ਅੰਦੋਲਨ ਹੈ, ਉਹ ਕਹਿੰਦਾ ਅੰਦੋਲਨ ਕਾਰੀਆਂ ਤੇ ਫਰਕ ਹੈ, ਉਹਦਾ ਮਤਲਬ ਹੈ ਕਿ ਇਹ ਲੈਣਵਾਦ ਜਾਂ ਮਾਰਕਸਵਾਦ ਜਾਂ ਮੌਜੇ ਤੋਂ ਵਿਚਾਰਧਾਰਾ ਕਿਉਂ ਲੈ ਕੇ ਆਉਂਦੇ ਆ, ਜਾਂ ਉਹ ਕਹਿੰਦਾ ਭਗਤ ਸਿੰਘ ਉਹਨਾਂ ਦੀ ਕ੍ਰਾਂਤੀਕਾਰੀ ਦੀ ਲੰਬੀ ਲੜਾਈ ਉਹਦੇ ਸੰਘਰਸ਼ ਕਿਉਂ ਮੂਹਰੇ ਲੈ ਕੇ ਆਉਂਦੇ ਆ, ਜਾਂ ਉਹ ਕਹਿੰਦੇ ਆ ਕਿ ਬਾਬੇ ਨਾਨਕ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਜਿੰਨੀਆਂ ਲੜਾਈਆਂ ਸਾਡੇ ਗੁਰੂਆਂ ਨੇ ਲੜੀਆਂ ਤੇ 5ਵੇਂ ਪਾਤਸ਼ਾਹ ਤਤਕਾਂ ਤੇ ਤਵੀਆਂ ਤੇ ਬੈਠੇ ਆ, ਉਹ ਸ਼ਾਤਮਈ ਸੰਘਰਸ਼ ਲੜੇ ਆ, ਗੁਰੂ ਤੇਗ ਬਹਾਦਰ ਨੇ ਦਿੱਲੀ ਦੇ ਵਿੱਚ ਆ ਕੇ ਸੀਸ ਦਿੱਤਾ। ਇਸ ਮੋਦੀ ਨੂੰ ਡਰ ਲੱਗਦਾ ਕਿ ਜੇ ਆਪਦੇ ਵੱਡ ਵਡੇਰਿਆਂ ਦੇ ਰਾਜ ਤੇ ਤੁਰਨਗੇ ਇੱਕ ਦਿਨ ਹੋਊਗਾ ਕਿ ਸਾਡਾ ਇਹ ਸਾਰਾ ਰਾਜ ਪਾਟਾ ਮਾਰਨਗੇ, ਕਿ ਜਿਹੜਾ ਸਾਡੇ ਅੱਜ ਸੰਘਰਸ਼ਾਂ ਨੂੰ ਸਪੋਰਟ ਹੈ ਇਹ ਬਾਹਰਲੇ ਮੁਲਕਾਂ ਦੀ ਜਿੱਥੇ ਇਹਨਾਂ ਨੇ ਨੀਤੀਆਂ ਲਿਆਂਦੀਆਂ, ਤੇ ਯੂਰਪ ਦੇ ਦੇਸ਼ ਹੈ ਇੰਡੋਨੇਸ਼ੀਆ ਮੈਕਸੀਕੋ ਅਰਜਨਟੀਨਾ ਅਮਰੀਕਾ, ਉਹ ਲੋਕ ਖੜੇ ਹੋ ਰਹੇ ਆ, ਸਾਡੀਆਂ ਭਾਰਤ ਦੀਆਂ ਸਾਰੀਆਂ ਸਟੇਟਾਂ ਇਸ ਗੱਲ ਤੇ ਖੜੀਆਂ ਹੋ ਰਹੀਆਂ ਕਿ ਇਹ ਨੀਤੀਆਂ ਨੇ ਸਾਰੇ ਵਰਗਾਂ ਦਾ
ਕਰਨਾ। ਸੋ ਇਸ ਕਰਕੇ ਇਹ ਸਾਨੂੰ ਜੀਵੀ ਅੰਦੋਲਨ ਕਹਿੰਦਾ ਪਾਰਾ ਆਪ ਆਰ ਐਸ ਐਸ ਦੀ ਜਿਹੜੀਆਂ ਨੀਤੀਆਂ ਉਹਨਾਂ ਨੂੰ ਪਠਵਾ ਕਰਨ, ਫਿਰਕੂ ਜਿਹੜੀਆਂ ਨੀਤੀਆਂ ਲੈ ਕੇ ਸਾਡੇ ਲੋਕਾਂ ਦਾ ਪਹਿਲਾਂ ਘਾਣ ਕਰ ਰਹੇ ਨੇ ਸਾਡੇ ਅਦਾਰਿਆਂ ਨੂੰ, ਚਾਹੇ ਉਹ ਰੇਲਾਂ ਹੋਣ, ਚਾਹੇ ਰੇਲ ਗੱਡੀਆਂ ਹੋਣ, ਚਾਹੇ ਸਟੇਸ਼ਨ ਹੋਣ, ਹਵਾਈ ਅੱਡੇ, ਸਾਰੇ ਮੁਲਕ ਨੂੰ ਸਿਰ ਤੇ ਲਾਇਆ ਹੋਇਆ। ਇਸ ਕਰਕੇ ਸਾਨੂੰ ਬਦਨਾਮ ਕਰਕੇ ਤੁਰਿਆ, ਪਰ ਆਪਾਂ ਆਪਣੀ ਜ਼ਮੀਨ ਬਚਾਉਣ ਖਾਤਰ, ਸਾਰੇ ਇਕਜੁੱਟ ਹੈ ਅਦਾਰੇ ਬਚਾਉਣ ਖਾਤਰ, ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਵੱਡੇ ਸੰਘਰਸ਼ਾਂ ਨਾਲ, ਵੱਡੇ ਇਕੱਠਾਂ ਨਾਲ ਇਹ ਕਾਨੂੰਨ ਰੱਦ ਹੋਣਗੇ ਕਿ ਅੱਗੇ ਵਾਢੀ ਆ ਗਈ ਹੈ, ਗਰਮੀ ਆ ਗਈ ਹੈ, ਇਹ ਜੇ ਹੁੰਦਾ ਹੀ ਆਪਾਂ ਕਣਕ ਨੂੰ ਕੱਟਣ ਜਿਹੜਾ, ਇਹ ਤੋਂ ਸਾਡੇ ਆਗੂ ਨੇ ਅੰਦਾਜ਼ਾ ਲਾਉਣਾ, ਅਸੀਂ ਜਿੱਤਾਂਗੇ ਜ਼ਰੂਰ। ਜੰਗ ਜਾਰੀ ਰੱਖਿਓ, ਜੈ ਸੰਘਰਸ਼, ਜਿੱਤ ਮਿਹਨਤੀ ਲੋਕਾਂ ਨੂੰ। ਧੰਨਵਾਦ।